ਇਹ ਲੁੱਚਪਣਾ ਕਦੋਂ ਤੋਂ ਚੱਲਦਾ? ਇਹ ਲੁੱਚਪਣਾ ਨਹੀਂ, ਇਹ ਪਿਆਰ ਹੈ। ਰੱਜੋ ਨੂੰ ਮੈਂ ਪਹਿਲੀ ਨਜ਼ਰੇ ਪਿਆਰ ਕਰ ਲਿਆ ਸੀ। ਉਹਨੇ ਵੀ ਕੀਤਾ? ਹਾਂਜੀ, ਉਹਨੇ ਵੀ ਕੀਤਾ, ਪਰ ਉਹਦੇ ਸੰਸਕਾਰ ਉਹਨੂੰ ਪਿਆਰ ਦਾ ਇਜ਼ਹਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਆਹੋ ਜੀ, ਅੱਜ ਕੱਲ੍ਹ ਦੀਆਂ ਸੰਸਕਾਰੀ ਕੁੜੀਆਂ ਇਹ ਪਿਆਰ ਸ਼ਿਆਰ ਵਾਲੇ ਕੰਮ ਤਾਂ ਵਿਆਹ ਤੋਂ ਪਹਿਲਾਂ ਹੀ ਨਿਬੇੜ ਆਉਂਦੀਆਂ ਨੇ, ਬਾਅਦ ਚ ਆ ਕੇ ਕਬੀਲਦਾਰੀ ਸਾਂਭਦੀਆਂ। ਅੱਛਾ, ਇਹਦਾ ਸੀ ਵੀ ਉਹਦੇ ਸੰਸਕਾਰ ਚ ਆਉਂਦਾ ਕਿ ਆਪਣੇ ਆਸ਼ਕ ਨੂੰ ਚੋਰ ਸਾਬਤ ਕਰਕੇ ਸਾਰਿਆਂ ਸਾਹਮਣੇ ਉਹਦਾ ਜਲੂਸ ਕੱਢੋ? ਉਹ ਤਾਂ ਜੀ ਉਹਨੇ ਤੁਹਾਡੇ ਸਾਹਮਣੇ ਮੈਨੂੰ ਚੋਰ ਬਣਾ ਕੇ ਮੈਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਨਾਲੇ ਜਿਹੜਾ ਪਿਆਰ ਕਰਦਾ ਉਹੀ ਤਾਂ ਗਲਤੀ ਫੜ ਕੇ ਸੁਧਾਰਦਾ। ਕਿਹੜਾ, ਸਮੀਪ ਕੌਰ ਨੇ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਮੇਰੀਆਂ 5-7 ਗਲਤੀਆਂ ਫੜਨ ਤੋਂ ਬਾਅਦ। 5-7? ਪੁਸ਼ਪਾ, ਬਿਮਲਾ, ਸਵਿਤਰੀ, ਕਲਾਸ਼ੋ, ਰਾਣੀ, ਆਹ ਤਾਂ ਸਾਰੇ 9 ਕੰਮ ਵਾਲੀਆਂ ਦੇ ਲੱਗਦੇ ਆ। ਪਰ ਔਖੇ ਵੇਲੇ ਕੋਈ ਕੰਮ ਨਹੀਂ ਆਈ। ਕੀ ਮਤਲਬ? ਮਤਲਬ ਰਾਜਵੀਰ ਨੂੰ ਕਿਸੇ ਨੇ ਨਹੀਂ ਪਾਲਿਆ, ਅਖੀਰ ਨੂੰ ਨਾਨਕਿਆਂ ਨੇ ਹੀ ਪਾਲਿਆ। ਹੁਣ ਮੈਨੂੰ ਵੀ ਦੱਸੋ, ਰੱਜੋ ਮੈਨੂੰ ਕਦੋਂ ਪਾਲੂਗੀ? ਹਾਂ, ਮੇਰਾ ਮਤਲਬ ਰੱਜੋ ਮੇਰੀ ਕਬੀਲਦਾਰੀ ਕਦੋਂ ਸਾਂਭੂਗੀ? ਮੈਂ ਕਰਦਾ ਯਾਰ ਗੱਲ, ਪਰ ਮੈਨੂੰ ਥੋੜਾ ਜਿਹਾ ਟਾਈਮ ਦੇ। ਚਲੋ ਲੈ ਲਓ, ਜਿਹੜੇ 5-7 ਮਿੰਟ ਲੈਣੇ ਆ। ਤੇਰੇ ਕੁਛ ਅੱਗ ਜ਼ਿਆਦਾ ਹੀ ਨਹੀਂ ਲੱਗੀ? ਹੁਣ ਤੁਹਾਨੂੰ ਕੀ ਸਮਝਾਵਾਂ, ਜਿਹਦੇ ਅੱਗ ਲੱਗੀ ਹੁੰਦੀ ਆ ਉਹਦੇ ਕਿੱਡੇ ਕਿੱਡੇ ਛਾਲੇ ਹੁੰਦੇ ਆ। ਕੀ ਬੁੜਬੁੜ ਕਰ ਰਿਹਾ? ਮੈਂ ਤੁਹਾਡੇ ਵਾਸਤੇ ਕਾਫੀ 'ਚ ਸ਼ੋਹਰੇ ਪਾ ਕੇ ਲੈ ਕੇ ਆਉਣਾ। ਹਾਏ ਸਾਲਾ ਮੂਰਖ ਜਿਹਾ, ਇੱਕ ਪਾਸੇ ਕਹੀ ਜਾਂਦਾ ਮਾਲਕਾਂ ਦੇ ਵਿੱਚ ਹਿੱਸਾ ਨਹੀਂ ਰੱਖਣਾ, ਦੂਜੇ ਪਾਸੇ ਸਾਲੇ ਮੈਨੂੰ ਛੁਹਾਰੇ ਖਵਾਉਣ ਲੱਗਿਆ, ਮੈਂ ਕੰਨਾਂ ਕਿ ਟੱਕਰਾਂ ਮਾਰਨੀ ਆ। ਵੈਸੇ ਗੱਲ ਤਾਂ ਠੀਕ ਹੈ, ਜੇ ਬਿੱਟੂ ਦਾ ਰੱਜੋ ਨਾਲ ਵਿਆਹ ਹੋ ਜਾਵੇ ਤਾਂ ਘੱਟੋ ਘੱਟ ਰੱਜੋ ਤੋਂ ਮੇਰੇ ਰਾਜਵੀਰ ਦਾ ਖਹਿੜਾ ਤਾਂ ਛੁੱਟ ਜੂ। ਸਰਦਾਰ ਜੀ ਆ ਜਾਓ, ਹੁਣ ਕਰ ਲਓ ਗੱਲ, ਅਗਲੀ ਕਦੋਂ ਦੀ ਖੜੀ ਹੈਗੀ? ਕਿ ਉਦੋਂ ਆਉਂਗੇ ਜਦੋਂ ਅਗਲੀ ਨਿਕਲ ਗਈ? ਪਹਿਲਾਂ ਉਹਨੂੰ ਘਰੇ ਤਾਂ ਵਾੜ ਲਾ, ਨਿਕਲਣ ਵਾਲੀਆਂ ਬਸ਼ਕ ਨਹੀਂ ਆ, ਪਹਿਲਾਂ ਸੋਚੀ ਚੱਲ। ਸੂਤ ਨਾ ਪਤਾਣ, ਜਲਾਹੇ ਨਾ ਠੈਂਗਾ ਠੈਂਗੇ, ਕਿਵੇਂ ਬੋਦਿਆਂ ਨੂੰ ਮਾਵਾ ਜਿਹਾ ਲਾਈ ਫਿਰਦਾ ਜਿਵੇਂ ਅੱਜ ਹੀ ਸ਼ਗਨ ਪੈਣਾ ਹੁੰਦਾ। ਤੁਸੀਂ ਸ਼ਗਨ ਵਾਲੀ ਗੱਲ ਤਾਂ ਕਰੋ, ਜੇ ਮੰਨ ਗਏ ਅੱਜ ਹੀ ਮੁੰਦਰੀ ਪਾ ਦੇਣੀ ਹੈ ਮੈਂ। ਅੱਛਾ, ਉਹਦੇ ਮੁੰਦੀ ਪਾ ਦੀ, ਮੇਰੇ ਨਾ ਭਾਈ ਜੀ ਨੇ ਰਿਸ਼ਤਾ ਕਰਾਉਣਾ। ਤੁਹਾਡੇ ਤੋਂ ਤਾਂ ਲੈ ਕੇ ਪਾਉਣੀਆਂ ਜੀ। ਸ਼ਾਬਾਸ਼, ਮੁੰਦੀ ਵੀ ਸਾਡੀ ਤੇ ਥੁੱਕ ਵੀ ਸਾਡਾ, ਚੱਲ ਗੱਲ ਕਰਕੇ ਦੇਖਦੇ ਹਾਂ। ਉਹ ਖੜੀ ਰੱਜੋ, ਚਲੋ ਜਾ ਕੇ ਗੱਲ ਕਰਦੇ ਹਾਂ, ਆ ਜਾਓ। ਫਿਰ ਪਹਿਲਾਂ ਤੁਸੀਂ ਕਰੋ, ਤੁਸੀਂ ਵੱਡੇ ਹੋ। ਐਵੇਂ ਬੁਝਾਰਤਾਂ ਜੀ ਪਾਈ ਜਾਓਗੇ ਜਾਂ ਕੋਈ ਮੈਨੂੰ ਵੀ ਦੱਸੂਗਾ ਵੀ ਕਿਹਨੇ ਕੀ ਗੱਲ ਕਰਨੀ ਹੈ? ਰੱਜੋ, ਅੱਜ ਮੈਂ ਤੇਰੀ ਜ਼ਿੰਦਗੀ ਦਾ ਇੱਕ ਅਹਿਮ ਫੈਸਲਾ ਲੈਣ ਜਾ ਰਿਹਾ। ਜਾਣਾ ਜੂਣਾ ਕਿਤੇ ਨਹੀਂ ਜੀ, ਜੋ ਗੱਲ ਕਰਨੀ ਇੱਥੇ ਕਰੋ। ਉਹ ਤਰੀਓ, ਮੈਂ ਬਿੱਟੂ ਲਈ ਤੇਰਾ ਹੱਥ ਮੰਗਦਾ। ਜੀਜਾ ਜੀ, ਇਹੀ ਕੰਮ ਤਾਂ ਅਸੀਂ ਆਏ ਹਾਂ, ਭੋਲੇ ਲਈ ਰੱਜੋ ਦਾ ਹੱਥ ਮੰਗਣ। ਰੱਜੋ? ਬੀਬਾ ਜੀ, ਰੱਬ ਦਾ ਵਾਸਤਾ, ਦੇਖਿਓ ਹੁਣ ਕਿਤੇ ਤੁਸੀਂ ਵੀ ਨਾ ਇਹ ਕਹਿ ਦਿਓ ਕਿ ਮੈਂ ਵੀ ਆਪਣੇ ਲਈ ਰੱਜੋ ਦਾ ਹੱਥ ਮੰਗਣ ਆਈ ਹਾਂ। ਆਪਣੇ ਲਈ ਨਹੀਂ, ਰਾਜਵੀਰ ਲਈ। ਹੈਂ ਹਰਮਨ, ਤੇਰਾ ਦਿਮਾਗ ਠੀਕ ਹੈ? ਤੂੰ ਕੀ ਕਹਿ ਰਹੀ ਹੈ? ਓਏ ਰਾਜਵੀਰ ਤੇਰਾ ਘਰ ਵਾਲਾ? ਹਾਂਜੀ, ਪਰ ਪਿਆਰ ਤੇ ਉਹ ਰੱਜੋ ਨੂੰ ਹੀ ਕਰਦਾ ਹੈ ਨਾ। ਪਰ ਜੀਜਾ ਜੀ ਦੇ, ਜੀਜਾ ਜੀ, ਰੱਜੋ ਨੂੰ ਮੈਂ ਪਿਆਰ ਕਰਨਾ। ਹਾਂ, ਤੂੰ ਰੱਜੋ ਦਾ ਮਾਮਾ ਲੱਗਦਾ? ਮਾਮਾ ਤਾਂ ਮੈਂ ਆ, ਉਹ ਵੀ ਰਾਜਵੀਰ ਦਾ। ਤੁਸੀਂ ਪਹਿਲਾਂ ਮਾਮੇ ਮਾਮੇ ਆਪਸ ਵਿੱਚ ਮਿਲਣੀ ਕਰ ਲੋ, ਸਾਲੇ ਆਪਣੇ ਚਾਚੂ ਪਾ ਕੇ ਬਹਿ ਜਾਂਦੇ ਵਿੱਚ। ਮਾਮਾ ਜੀ, ਆ ਸਮਝਾ ਦਿਓ ਆਪਦੇ ਸਾਲੇ ਨੂੰ, ਸਾਲੇ ਨੇ ਮੈਥੋਂ ਚੱਪਲਾਂ ਖਾ ਲੈਣੀ ਹੈ। ਮੈਨੂੰ ਸਾਲਾ ਨਾ ਕਹੋ। ਹਾਏ ਸਾਲਾ, ਸਾਲੇ ਦਾ ਸਾਲਾ ਕਹਿੰਦਾ ਮੈਨੂੰ ਸਾਲਾ ਨਾ ਕਹੋ, ਸਾਲਿਆ ਤੈਨੂੰ ਸਾਲਾ ਨਾ ਕਹੀਏ ਤਾਂ ਹੋਰ ਸਾਲਿਆ ਤੈਨੂੰ ਸਾਲਾ ਕਹੀਏ? ਸਾਲਿਆਂ ਨੂੰ ਆਪਣੇ ਵਿਆਹ ਦੀ ਪਈ ਹੋਈ ਆ, ਇੱਥੇ ਮੇਰੇ ਮੁੰਡੇ ਦਾ ਘਰ ਟੁੱਟਣ 'ਤੇ ਆਇਆ ਪਿਆ। ਹਰਮਨ ਬੇਟੇ, ਇਹੋ ਜਿਹੇ ਕੰਮਾਂ 'ਚ ਕਾਹਲੀ ਨਹੀਂ ਕਰੀਦੀ ਹੁੰਦੀ, ਮੈਂ ਆਪੇ ਸਮਝਾਉਂਦਾ ਰਾਜਵੀਰ ਨੂੰ। ਉਹ ਡੈਡੀ, ਕੀ ਸਮਝਾਉਂਗੇ ਰਾਜਵੀਰ ਨੂੰ ਜਦੋਂ ਇਹੋ ਜਿਹੀ ਕੋਈ ਗੱਲ ਹੈ ਹੀ ਨਹੀਂ? ਜੇ ਇਹੋ ਜਿਹੀਆਂ ਕਰਤੂਤਾਂ ਕਰਨੀਆਂ ਹੋਣ ਨਾ ਤੇ ਸੱਚ ਕਬੂਲਣ ਦੀ ਦਲੇਰੀ ਵੀ ਰੱਖਣੀ ਚਾਹੀਦੀ ਹੈ। ਹਰਮਨ ਸਹੀ ਕਹਿ ਰਹੇ ਨੇ ਜੀਜਾ ਜੀ, ਇਹੋ ਜਿਹੇ ਫੈਸਲੇ ਕਾਹਲੀ 'ਚ ਨਹੀਂ ਕੀਤੇ ਜਾਂਦੇ, ਆਰਾਮ ਨਾਲ ਬਹਿ ਕੇ ਗੱਲ ਕਰਦੇ ਹਾਂ। ਨਾਲੇ ਤੁਹਾਨੂੰ ਪਤਾ ਮੇਰੇ ਤੋਂ ਤਾਂ ਬਾਲਾ ਚਿਰ ਖੜਿਆ ਵੀ ਨਹੀਂ ਜਾਂਦਾ। ਓਏ ਬਾਲਾ ਚਿਰ ਤੇ ਤਾਂ ਖੜਿਆ ਨਹੀਂ ਜਾਂਦਾ, ਥੋੜਾ ਚਿਰ ਤੁਰ ਕੇ ਤੈਨੂੰ ਸਾਹ ਚੜ ਜਾਂਦਾ, ਬੈਠਣ ਲੱਗੇ ਢਿੱਡ ਤੇਰਾ ਗੋਡਿਆਂ ਚੜ ਜਾਂਦਾ, ਆਪਾਂ ਲੰਮੇ ਪੈ ਕੇ ਨਾ ਮਹਿਫਲ ਲਾ ਲਈਏ, ਸਾਰੇ ਹੋਰ ਹੀ ਪਾਸੇ ਗੱਲ ਨੂੰ ਲੈ ਵੜਦੇ। ਰੱਜੋ, ਹੁਣ ਸਾਰੀ ਗੱਲ ਤੇਰੇ ਤੇ ਆ ਕੇ ਖੜ ਗਈ ਆ। ਕਦੇ ਸਵੰਬਰ ਦਾ ਨਾਂ ਸੁਣਿਆ? ਉਹਦੇ ਕਿ ਸਾਰੇ ਅਧਿਕਾਰ ਵਿਆਹ ਵਾਲੀ ਕੁੜੀ ਕੋਲ ਹੁੰਦੇ ਆ।
ਉਹ ਜਿਹਨੂੰ ਮਰਜ਼ੀ ਆਪਣਾ ਵਰ ਚੁਣ ਸਕਦੀ ਹੈ। ਸੋ ਹੁਣ ਫੈਸਲਾ ਤੇਰੇ ਹੱਥ ਹੈ। दसो राजवीर की कहा इन्हां नूं हुण? ओ यार मैनूं की पुछदियां, मेरे लिए तो यही अंदाता ने। इन्हां दे करके तो इस घर च रज्जू दी रोजी रोटी चलदी है। हुण आही करनगे मेरा फैसला। फैसले करन वाला इह कितला जज आ गया? साले तो अपनी लिबड़ी तां पूंझ नहीं हुंदी, लग्गिया दूजियां दी धोई धोई करन। डैडी कैसियां गंदियां गंदियां गल्लां कर रहे हो तुसीं? तू गंदियां करतूतां कर सकदा ते मैं गंदियां गल्लां ना करां? करी जाओ फिर, मैथों नहीं सुणदियां।